ਆ ਯਾਰ ਬਿੰਦਰਾ, ਸਰਿਆ ਹੀ ਪਿਆ ਤੇਰਾ, ਜੱਟ ਕੌਣ ਕਹੂ ਤੈਨੂੰ? ਤੂੰ ਸਾਲੇ ਬਾਹਲਾ ਸਨੀ ਦਿਓਲ, ਉੱਤੇ ਇੱਥੋਂ ਤਾਂ ਸੂਤ ਹੀ ਆ ਕੰਮ ਮੇਰਾ, ਸਾਲੇ ਤੇਰਾ ਤਾਂ ਬੁੜੀਆਂ ਤੋਂ ਵੀ ਸਰਿਆ ਪਿਆ। ਲੈ ਮੈਂ ਚੀਰ ਤਾਂ ਹੱਥ ਲੈਦੇ ਜਿੱਡੀ ਵੱਡੀ ਚਿੱਠੀ ਲਿਖਣੀ ਆ ਉਹਨੂੰ। ਮੈਂ ਕਿਹਾ ਭਾਈ ਜਾਂ ਆਪਣੀ ਮਸ਼ੂਕ ਨੂੰ ਤੇਰੇ ਖੂਨ ਦੀ ਚਿੱਠੀ ਰੱਖ ਸਾਂਭ ਕੇ ਆਪਣੇ ਕੋਲੇ, ਕਿਸੇ ਗਰੀਬ ਨੂੰ ਦਾਨ ਕਰ ਦੀ। ਕਿਉਂ ਸਾਲਿਆ, ਮੇਰਾ ਖੂਨ ਕਿਹੜਾ ਉਹਨੂੰ ਜੱਫੀਆਂ ਪਾਉਂਦਾ ਚਿੱਠੀ ਵਿੱਚ ਦੀ? ਗੱਲ ਸੁਣ ਲਾ, ਅੱਜ ਤਾਂ ਵਕਤ ਇਹੋ ਜਿਹਾ ਕੁਛ, ਗਾਂ ਨੂੰ ਸੋਚ ਸਮਝ ਕੇ ਬੋਲੀ, ਯਾਰੀ ਆਪਣੀ ਥਾਂ ਤੇ ਮਸ਼ੂਕ ਆਪਣੀ ਥਾਂ ਤੇ। ਅਏ ਵੱਡਾ ਵੈਲੀ, ਖੂਨ ਤੇ ਇੱਥੋਂ ਨਿਕਲ ਜਾਣੀ, ਧਮਕੇ ਮੈਨੂੰ ਆਏ ਦੇਣਾ ਜਿਵੇਂ ਰੋਜ਼ ਬੰਦੇ ਮਾਰਦਾ ਹੁੰਦਾ। ਜਿੱਥੇ ਮਰਜ਼ੀ ਖੜਾ ਲਈ, ਗੁੱਗੂ ਗੇ ਲੜੀ ਅਣਖਾ ਜੱਟ 'ਚ। ਵੱਢ ਲਾ ਫਿਰ ਹੱਥ, ਲਿਖਦੇ ਚਿੱਠੀ ਮਹੀ ਵਾਲੇ ਤਾਂ ਪੱਟ ਵੜਤਾ ਸੀ, ਤੇ ਇੱਥੋਂ ਖੂਨ ਦੇ ਦੋ ਤੁਪਕ ਨਹੀਂ ਡੁੱਲਦੇ। ਅਗਲੀ ਭਰ ਭਰ ਕੇ ਖੂਨ ਦੀਆਂ ਚਿੱਠੀਆਂ ਭੇਜੀ ਜਾਂਦੀ ਆ, ਠੇ ਮੂੰਹ ਤੇਰੇ। ਬਸ ਆਹੀ ਨਹੀਂ ਹੁੰਦਾ, ਜੇ ਕਹੇ ਬੰਦਾ ਮਾਰ ਕੇ ਲਿਆ ਤਾਂ ਲਿਆ ਦੂੰ, ਬਸ ਹੁਣ ਆਹੀ ਨਹੀਂ ਹੁੰਦਾ। ਉਹ ਤੂੰ ਮੇਰੀ ਛੱਡ ਯਾਰ, ਆਪਾਂ ਬੱਚੇ ਦਾ ਖੂਨ ਕੱਢ ਲੈਂਦੇ ਟੀਕਾ ਲਾ ਕੇ, ਨਾਲੇ ਮੈਨੂੰ ਵੀ ਪਤਾ ਉਹ ਮੱਝ ਦੇ ਖੂਨ ਨਾਲ ਚਿੱਠੀਆਂ ਲੈ ਕੇ ਭੇਜਦੀ ਆ। ਤੈਨੂੰ ਕੀ ਪਤਾ ਪਿਆਰ ਕੀ ਹੁੰਦਾ, ਤਾਂਹੀਓ ਤਾਂ ਹਰ ਰੋਜ਼ ਜੁੱਤੀਆਂ ਖਾਂਦਾ ਵਾ। ਰੁਕ ਜਾ, ਉਹ ਗੱਲ ਤਾਂ ਸੁਣ ਲਾ, ਉਹ ਰਾਂਝਿਆ ਸਾਲਾ ਡਰਪੋਕ ਮਿਰਜ਼ਾ। ਹੋਰ ਫਿਰ ਆਸ਼ਕਾ, ਲਿਖ ਲਈ ਖੂਨ ਵਾਲੀ ਚਿੱਠੀ? ਬਕਵਾਸ ਨਾ ਕਰ ਯਾਰ, ਅੱਜ ਫਿਰ ਉਹਨੇ ਚਿੱਠੀ ਵੀ ਨਹੀਂ ਫੜਨੀ। ਐ ਨਾ ਕਹਿ ਯਾਰ, ਅੱਜ ਤਾਂ ਡੈਡੀ ਵੀ ਘਰੇ ਹੈ ਨਹੀਂ, ਤੂੰ ਬਸ ਬਾਹਰ ਖੜ ਜਾਈਂ, ਮੈਂ ਚਿੱਠੀ ਫੜਾ ਕੇ ਆ ਜਾਊਂਗਾ। ਚੱਲ ਫਿਰ ਆ ਜਾ। ਖਿਆਲ ਰੱਖੀ। ਕੀ ਹੋਇਆ ਮਿਰਜ਼ਾ, ਆਏ ਮੂੰਹ ਲਮਕਾਇਆ, ਲੱਗਦਾ ਉਹਨੇ ਚਿੱਠੀ ਨਹੀਂ ਫੜੀ। ਤੈਨੂੰ ਬੜਾ ਹਾਸਾ ਆਉਂਦਾ ਵਾ, ਉਹ ਅਗਲੀ ਖੂਨ ਵਾਲੀ ਚਿੱਠੀਆਂ ਲਿਖਣ ਵਾਲੇ ਭਾਲਦੀ ਆ, ਸ਼ਾਹੀ ਵਾਲੀ ਨਹੀਂ। ਤੂੰ ਚੁੱਪ ਕਰ ਜਾ ਓਏ। ਉਹ ਚਿੱਠੀ ਤੇ ਚੱਕ ਕੇ ਲੈ ਜਾ, ਤੁਹਾਡੇ ਬੁੜੇ ਨੂੰ ਮਿਲ ਗਈ ਟਿੰਡ ਫੋੜੀ ਚੁਕਾ ਦੂ। ਓਏ ਉਹ ਭੂੰਡ ਆਸ਼ਕਾ, ਉਹ ਗੱਲ ਤਾਂ ਸੁਣ ਜਾ। ਬਿੰਦਰਾ ਤੂੰ ਪੁੱਤ ਹੁਣ ਆਇਆ, ਛੋਟਾ ਤਾਂ ਕਦ ਆਇਆ ਹੋਇਆ? ਕੀ ਗੱਲ, ਘਰੇ ਆਉਂਦਾ ਵੀ ਟਾਈਮ ਰੱਖਿਆ?
ਨਾ ਪੁੱਤ, ਮੈਂ ਤਾਂ ਸਬੈ ਕੇ ਕਹਿੰਦੀ ਸੀਗੀ ਤੈਨੂੰ। ਭੈਣੇ ਆਈ ਅੱਜ ਕੱਲ ਮਾਂ ਪਿਓ ਤਾਂ ਕਹਾਉਂਦੇ ਨੀ ਜਵਾਕ, ਚੁੱਪੀ ਭਲੀ ਆ ਨਿਰੀ ਆਗੀ ਹੈ। ਭੈਣੇ ਮੈਂ ਤਾਂ ਤੇਰੀਆਂ ਆਹੀ ਜਿਹੜਾ ਤੂੰ ਗੱਲਾਂ ਸੁਣਾਉਂਦੀ ਨਾ ਸੁਣ ਸੁਣ ਕੇ ਮੇਰਾ ਤਾਂ ਚਿੱਤ ਡਰਦਾ, ਜਿੰਨਾ ਟਾਈਮ ਘਰੇ ਨੀ ਆਉਂਦਾ ਮੇਰਾ ਤਾਂ ਚਿੱਤ ਹੀ ਐਂ ਹੁੰਦਾ ਰਹਿੰਦਾ। ਜਵਾਨ ਮੁੰਡੇ ਦੀਆਂ ਜੇ ਤੂੰ ਬਿੜਕਾ ਲਏਗੀ ਇਸ ਤਰ੍ਹਾਂ ਹੋਰ ਤੈਨੂੰ ਕੋਈ ਹਾਰ ਪਾਊਗਾ। ਮਰਜ਼ੀਆਂ ਕਰੋ ਆਪਦੀਆਂ ਸਾਰ। ਲੈ ਹੁਣ ਸਾਈਕਲ ਚੱਕ ਲਿਆ, ਖੇਤ ਨੂੰ ਚੱਲਿਆ ਮਾਤਾ। ਵੀਰੇ ਮੈਂ ਵੀ ਜਾਣਾ। ਲੈ ਜੇ ਤੂੰ ਕੁਝ ਬੋਲਦਾ ਕਿਉਂ ਨਹੀਂ? ਮਿੰਦਰੋ ਕਹਿੰਦੀ ਸੀ ਕੱਲ ਚਾਰ ਮੁੰਡਿਆਂ ਨੂੰ ਲੈ ਗਏ ਫੜ ਕੇ ਪੁਲਿਸ ਵਾਲੇ, ਮੁੰਡਿਆਂ ਦਾ ਕੋਈ ਥੋ ਪਤਾ ਨਹੀਂ, ਇਹਨੂੰ ਰੋਕ ਕੇ ਰੱਖਿਆ ਕਰੋ। ਮਿੰਦਰੋ ਦਾ ਕੀ, ਉਹਦਾ ਹੈਗੀ ਗੱਪੀ ਆ। ਚੱਲ ਪੁੱਤ ਬਹਿਸ ਨਾ ਕਰ, ਆ ਚਾਬੀ ਲੈ ਜਾ, 5 ਮਿੰਟ ਪੱਠਿਆਂ ਵਿੱਚ ਮੋਟਰ ਛੱਡਿਆ। ਡੈਡੀ ਮੈਂ ਵੀ ਜਾਣਾ। ਮੈਂ ਨਹੀਂ ਲੈ ਕੇ ਜਾਣਾ ਇਹਨੂੰ। ਕੱਲ ਨਾ ਖਾੜੇ ਕੋਲ ਮੁਕਾਬਲਾ ਹੋਇਆ, ਖਾੜ ਕੋ ਨੇ ਚੱਕਰੀਆਂ ਘੁਮਾਤੀਆਂ ਪੁਲਿਸ ਵਾਲਿਆਂ ਦੀਆਂ। ਚੁੱਪ ਕਰਕੇ ਸਿੱਧਾ ਹੋ ਕੇ ਬੈਠਾ ਰਹਿ। ਪ੍ਰਭ ਕਹਿੰਦਾ ਸੀ ਕਿ ਨਾ ਸਫੈਦਿਆਂ ਤੇ ਗੋਲੀਆਂ ਦੇ ਨਿਸ਼ਾਨ, ਆਪਾਂ ਦੇਖਣ ਚੱਲੀਏ। ਐਂ ਕਰ, ਤੂੰ ਖਾੜੇ ਚਲੇ ਜਾ ਤੇ ਮੈਂ ਖੇਤ ਚਲੇ ਜਾਂਦਾ। ਮੈਨੂੰ ਪਤਾ ਤੂੰ ਖੇਤ ਜਾ ਕੇ ਕੀ ਕਰਨਾ, ਮੈਂ ਕੱਲ ਤੇਰੇ ਬੈਗ ਚੋਂ ਲੈਟਰ ਪੜ੍ਹੀ ਸੀ। ਬਹੁਤਾ ਨਾ ਬੋਲ, ਇੱਥੇ ਲਾ ਦੂੰ, ਖਬਰਦਾਰ ਜੇ ਗਾਂ ਨੂੰ ਮੇਰੇ ਸਮਾਨ ਨੂੰ ਹੱਥ ਲਾਇਆ ਤਾਂ ਕੁੱਟ ਕੁੱਟ ਕੇ ਸਿੱਧਾ ਕਰ ਦੂੰ। ਮੈਂ ਡੈਡੀ ਨੂੰ ਵੀ ਦੱਸ ਦੂੰ। ਜਾ ਵੀਰਾ ਬਣ ਕੇ ਆਏ ਕਰ, ਉੱਧਰ ਜਾ ਕੇ ਖੇਡ ਲਾ, ਨਾਲੇ ਨਾ ਮੇਰੇ ਵਾਸਤੇ ਥੋੜੀਆਂ ਗੋਲੀਆਂ ਲਿਆ। ਹੁਣ ਆਏ ਨਾ ਲੈਣ ਤੇ, ਆ ਚੱਕ ਚਾਬੀ। ਸਾਲਾ ਕੁੱਤਾ ਮੇਰੀ ਪਿਆਰੀ ਪ੍ਰੀਤੋ, ਦੇਖ ਗੁੱਸਾ ਨਾ ਕਰੀ, ਆ ਖੂਨ ਵਾਲਾ ਕੰਮ ਮੈਥੋਂ ਨਹੀਂ ਹੋਣਾ, ਤੇਰੇ ਕਹਿਣ 'ਤੇ ਕਿਸੇ ਦਾ ਵੀ ਖੂਨ ਕਰ ਦੂੰ, ਪਰ ਆਹ ਕੰਮ ਮੈਥੋਂ ਨਹੀਂ ਹੋਣਾ। ਇੱਕ ਵਾਰ ਮੇਰੇ ਛਪਾਕੀ ਨਿਕਲੀ ਸੀ, ਮੈਂ ਤਾਂ ਡਰਦੇ ਨੇ ਡਾਕਟਰ ਤੋਂ ਟੀਕਾ ਨਹੀਂ ਲਵਾਇਆ ਸੀ। ਵੀਰੇ ਮੂਲੀ ਇੱਕ ਹੀ ਸੀ, ਮੈਂ ਖਾ ਗਿਆ। ਚੱਲ ਕੋਈ ਨਾ ਕੋਈ ਨਾ ਕੋਈ ਨਾ। ਵੀਰੇ ਉਹ ਕੌਣ ਆਉਂਦੇ ਆ?
ਓਏ ਸ਼ੇਰੋ ਸਿੰਘਾਂ ਨੇ ਪਾਣੀ ਪੀਣਾ ਸੀ। ਹਾਂਜੀ ਪੀ ਲਓ ਜੀ। ਹਾਂ ਬਈ ਕਿਹੜੀ ਜਮਾਤ ਪੜ੍ਹਦੇ ਹੋ? ਕੋਈ ਗੱਲ ਨੀ, ਹੱਸਦੇ ਖੇਡਦੇ ਰਿਹਾ ਕਰੋ, ਤੁਹਾਨੂੰ ਆਜ਼ਾਦੀ ਦਵਾਉਣ ਲਈ ਤਾਂ ਸਾਡੇ ਅੜਕੇ ਭੱਜੇ ਫਿਰਦੇ ਆ। ਜੈਕਟ ਭੁੱਲ ਗਏ, ਤੂੰ ਤੇ ਤੇ ਸਾਈਕਲ ਚਲਾ ਕੇ ਦੇ ਆ। ਕੋਈ ਨਾ, ਤਾਂ ਬਹੁਤ ਦੂਰ ਨਿਕਲ ਗਏ। ਚੱਲ ਆਪਾਂ ਘਰੇ ਚੱਲੀਏ। ਚਾਬੀ ਮੈਂ ਤੈਨੂੰ ਫੜਾਈ ਸੀ। ਕਦੋਂ? ਜਦੋਂ ਮੈਂ ਐਂ ਭਗਾ ਕੇ ਮਾਰੀ ਸੀ। ਮੈਂ ਨਹੀਂ ਹਾਂ, ਮੈਂ ਤੂੰ ਨਹੀਂ ਜਾਂਦਾ। ਆਏ ਨਾ ਕਰ ਵੀਰਾ, ਬਣ ਕੇ ਥੋੜਾ ਜਿਹਾ ਰਹਿ ਗਿਆ ਵਾ। ਰਾਤ ਹੋਈ ਜਾਂਦੀ ਹੈ, ਭੁੱਖ ਬਹੁਤ ਲੱਗੀ ਆ। ਸਾਰਾ ਭਾਰ ਤਾਂ ਯਾਰ ਮੈਂ ਚੱਕਿਆ, ਤੂੰ ਤਾਂ ਇਕੱਲੇ ਹੈਂਡਲ ਹੀ ਫੜਿਆ ਵਾ। ਚਾਬੀ ਤੂੰ ਗਵਾਈ ਹੈ, ਜ਼ੋਰ ਸਾਰਾ ਮੇਰਾ ਲੱਗੀ ਜਾਂਦਾ। ਮੈਂ ਨਹੀਂ ਹਾਂ, ਮੈਂ ਤੂੰ ਨਹੀਂ ਜਾਂਦਾ। ਯਾਰ ਆਏ ਕਦੋਂ ਕਰਦਾ ਵੀਰਾ, ਬਣ ਕੇ ਥੋੜਾ ਜਿਹਾ ਰਾਹ ਤਾਂ ਰਹਿ ਗਿਆ ਵਾ। ਕੱਲ ਤੈਨੂੰ ਖਾਣੇ ਲੈ ਕੇ ਚੱਲੂ, ਚੱਲ ਉੱਠ ਆ ਜਾ। ਰੋਕ ਰੋਕ ਰੋਕ, ਗੱਡੀ ਪਿੱਛੇ ਲੈ। ਕੀ ਕਰਦੇ ਹੋ? ਉਹ ਜੀ ਸਾਈਕਲ ਦੀ ਚਾਬੀ ਗੁਆਚ ਗਈ ਜੀ, ਘਰ ਨੂੰ ਚੱਲੇ ਆ। ਅੱਛਾ, ਤੇ ਜੈਕਟ ਕਿਹਦੀ ਆ? ਇਹੋ ਜੀ ਜੀ ਮੇਰੇ ਵੱਡੇ ਭਰਾ ਦੀ ਆ ਜੀ। ਅੱਛਾ, ਚੱਲ ਮਲਾਈਏ ਤੈਨੂੰ ਤੇਰੇ ਵੱਡੇ ਭਰਾ ਨਾਲ। ਚੱਕੋ ਇਹਨੂੰ, ਛੱਡੋ ਗੱਡੀ 'ਚ। ਭਾਂਗਣ ਜਨਾਬ, ਤੁਹਾਨੂੰ ਪਤਾ ਤਾਂ ਹੈ ਕਿ ਜੈਕਟ ਜੰਟੇ ਦੀ, ਨਾਲੇ ਜਵਾਕ ਆ ਇਹ, ਛੱਡੋ। ਆ ਗਏ ਹੁਣੇ ਇਹਨਾਂ ਦੀ ਮੋਟਰ 'ਤੇ। ਅੱਛਾ ਚੱਲ ਛੱਡ ਦਿੰਦੇ ਹਾਂ, ਚੱਲ ਭੱਜ ਜਾ ਨਾਲੇ, ਜੈਕਟ ਪੱਕ ਜਾਈਂ ਆਪਣੀ। ਉਹ ਗੱਲ ਸੁਣ ਮਿੱਠਿਆ, ਡੀ ਐਸ ਪੀ ਸਾਹਿਬ ਨੇ ਜੈਂਟੇ ਅੱਤਵਾਦੀ ਦੀ ਜੈਕਟ ਦੇਖੀ ਆ, ਉਹਦਾ ਮੂੰਹ ਨਹੀਂ। ਉਹ ਆ ਜਾ ਸੋਹਣਿਆ, ਬਣ ਜਾ ਮੇਰੇ ਮੋਢੇ ਦਾ ਤਾਰਾ।
ਮਾਤਾ ਪੂਰਨ ਦੀ ਲੋਕੋ ਧਾਹਾਂ ਮਾਰ ਕੇ ਰੋਂਦੀ ਕੋਈ ਸੁਣੋ ਕਹਾਣੀ ਜੀ ਪਟ ਪਟ ਬਾਲ ਸੀਸ ਦੇ ਖੋਂਦੀ ਨੈਣੋ ਨੀਰ ਡੋਲ ਦੀ ਵੇ ਦੁਕੜੇ ਆਪ ਸੀਸ ਤੇ ਸਹਿੰਦੀ ਮੈਂ ਫਿਰਾਂ ਪਾਲ ਦੀ ਵੇ ਤੇਰੀ ਦੱਸਣਾ ਪੂਰਨਾ ਪੈਂਦੀ ਮੈਂ ਫਿਰਾਂ ਪਾਲ ਦੀ ਵੇ ਤੇਰੀ ਦੱਸਣਾ ਪੂਰਨਾ ਪੈਂਦੀ ਵਿੱਚ ਖੂਹ ਦੇ ਪੈ ਕੇ ਵੇ ਮਰ ਜਾਣ ਪੁੱਤਰਾਂ ਦੀ ਖਾਤਰ ਮਾਮਾ ਤੇਰਾ ਨਾਮ ਲੈ ਕੇ ਵੇ ਪੂਰਨਾ ਹਾਕਾ ਮਾਰਦੀ ਆਮਾ ਐਨੀ ਖਾਤਰ ਕਾਲਦੀ ਵੇ ਕਹਿੰਦੇ ਮੌਤ ਸਰਾਣੇ ਬਹਿੰਦੀ ਮੈਂ ਫਿਰਾਂ ਪਾਲਦੀ ਵੇ ਤੇਰੀ ਦੱਸਣਾ ਪੂਰਨਾ ਪੈਂਦੀ